ਥੋੜਾ ਇਧਰ ਦੇ ਦਰਸ਼ਕ ਵੀਰੋ ਮੈਂ ਜਵਾਰੀਆ ਲੱਗ ਰਿਹਾ ਵੈਲਕਮ ਬੈਕ ਟੂ ਡੂ ਬ੍ਰੋ ਚੈਨਲ ਡੂ ਬ੍ਰੋ ਡੂ ਬ੍ਰੋ ਯੋ 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 ਇਨਫੋ ਇਹ ਹੈਗੀ ਆ ਨਾਓ ਵੀ ਆਰ ਔਨ ਦਾ ਵੇ ਟੂ ਦੁਬਈ ਫਰੋਮ ਅਲੈਨ ਅਤੇ ਅੱਜ ਮਤਲਬ ਸੁਣਿਆ ਸੀਗਾ ਕਬੱਡੀ ਕੱਪ ਆ ਇੱਕ ਐਡਵਰਟਾਈਜ਼ਮੈਂਟ ਆਈ ਸੀਗੀ ਕਿ ਕਬੱਡੀ ਕੱਪ ਹੋ ਰਿਹਾ ਦੁਬਈ ਦੇ ਵਿੱਚ ਅਤੇ ਉਹਨੂੰ ਅਸੀਂ ਮਤਲਬ ਐਕਸਪਲੋਰ ਕਰਨ ਖੁਦ ਵੀ ਦੇਖਣ ਜਾਣਾ ਥੋੜ੍ਹਾ ਜਿਹਾ ਸ਼ੌਂਕ ਹੈ ਤੁਹਾਨੂੰ ਪਤਾ ਪੰਜਾਬੀਆਂ ਦਾ ਮਤਲਬ ਜਾ ਇੱਕ ਫਰਾਈਡੇ ਵੀ ਹੈਗਾ ਵਿਹਲੇ ਵੀ ਹਾਂ ਅਤੇ ਕਬੱਡੀ ਕੱਪ ਵੀ ਹੋ ਰਿਹਾ ਸੋਚਿਆ ਕਿਉਂ ਨਾ ਦੇਖਿਆ ਜਾਵੇ ਹੈ ਨਾ ਕਿਉਂ ਨਾ ਜਾ ਕੇ ਥੋੜ੍ਹਾ ਜਿਹਾ ਵਲੌਗ ਉੱਥੇ ਬਣਾਇਆ ਜਾਵੇ ਸਿਰਫ ਵਲੌਗਿੰਗ ਲਈ ਔਰ ਆਪਦੇ ਐਂਟਰਟੇਨਮੈਂਟ ਲਈ ਔਰ ਤੁਹਾਡੇ ਐਂਟਰਟੇਨਮੈਂਟ ਲਈ ਵੀ ਆਰ ਗੋਇੰਗ ਟੂ ਦੁਬਈ ਟੂ ਵਾਚਿੰਗ ਓਨਲੀ ਐਂਡ ਓਨਲੀ ਕਬੱਡੀ ਮੈਚ ਓਕੇ ਅਤੇ ਹੁਣ ਡਾਇਰੈਕਟ ਤੁਹਾਨੂੰ ਮਿਲਦੇ ਹਾਂ ਅਸੀਂ ਦੁਬਈ ਸਟੇਡੀਅਮ 'ਚ ਪਹਿਲਾਂ ਅਸੀਂ ਉਹਨੂੰ ਰਸਤਾ ਸਾਨੂੰ ਪਤਾ ਨਹੀਂ ਹੈਗਾ ਵੀ ਪਤਾ ਹਾਂ ਰਸਤਾ ਮੈਂ ਤੁਹਾਨੂੰ ਕਿਹਾ ਪਤਾ ਨਹੀਂ ਹੈਗਾ ਇਹ ਕਹਿੰਦਾ ਪਤਾ ਡਾਇਰੈਕਟ ਅਸੀਂ ਜਾ ਕੇ ਦੁਬਈ ਸਟੇਡੀਅਮ ਵਿੱਚ ਮਿਲਦੇ ਹਾਂ ਕਿਉਂਕਿ ਇਹ ਵਾਲਾ ਤੁਸੀਂ ਮਤਲਬ ਸਟਾਰਟਿੰਗ ਪੁਆਇੰਟ ਆਲਵੇਜ਼ ਦੇਖਦੇ ਹੋ ਗੱਡੀ ਵਿੱਚ ਅਸੀਂ ਜਾ ਰਹੇ ਹੁੰਦੇ ਹਾਂ ਹੈ ਨਾ ਤਾਂ ਕਰਕੇ ਅਤੇ ਤੁਹਾਨੂੰ ਡਾਇਰੈਕਟ ਮਿਲਾਂਗੇ ਦੁਬਈ 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 ਕਿਉਂ ਛੋੜੇ ਅਤੇ ਪ੍ਰੀਵੀਅਸ ਜਿਹੜਾ ਵਲੌਗ ਆ ਉਹਦੇ ਦੋ ਮਤਲਬ ਐਪੀਸੋਡ ਦੀ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਨੈੱਟਫਲਿਕਸ 'ਤੇ ਐਵੇਂ ਮਜ਼ਾਕ ਸ਼ਜਾਕ ਜਿਹਾ ਜਿਹਨੇ ਦੇਖਿਆ ਹੋਊਗਾ ਪਲੀਜ਼ ਜਾ ਕੇ ਦੇਖ ਲਓ ਵਲੌਗ ਔਨ ਏਅਰ ਹੋ ਚੁੱਕਿਆ ਜਬਲ ਜੇਸ ਦਾ ਫਸਟ ਡੇ ਔਰ ਸੈਕਿੰਡ ਡੇ ਅਸੀਂ ਗਏ ਸੀ ਜਬਲ ਜੇਸ 'ਤੇ ਔਰ ਜਿਹੜਾ ਸਾਡਾ ਥਰਡ ਵਲੌਗ ਆਊਗਾ ਉਹ ਸਾਡਾ ਜਿਹੜੇ ਹੋਟਲ 'ਚ ਅਸੀਂ ਸਟੇਅ ਕੀਤੀ ਸੀ ਅਸਾਸੀਆ ਨਹੀਂ ਅਸਾਸੀਆ ਔਰ ਕਸਾਸੀਆ ਇਹੋ ਜਿਹਾ ਕੁਛ ਨਾਮ ਮੈਨਸ਼ਨ ਕੀਤਾ ਉੱਥੇ ਹੈ ਨਾ ਅਤੇ ਪਲੀਜ਼ ਦੇਖ ਲਓ ਜਾ ਕੇ ਵਲੌਗ ਓਕੇ ਐਂਡ ਸਬਸਕ੍ਰਾਈਬ ਲਾਈਕ ਸ਼ੇਅਰ ਐਂਡ ਕਮੈਂਟ ਲਾਜ਼ਮ ਕਰ ਦਿਓ ਕਰ ਦਿਓ ਕਰ ਦਿਓ ਕਰ ਦਿਓ ਬਾਬਾ ਰਿਪੀਟਡ ਦੇਗਾ ਲੇਕਿਨ ਸੋਰੀ ਕਾਫੀ ਟਾਈਮ ਇਹਦੇ ਬਿਨਾਂ ਮੂਵ ਨਹੀਂ ਹੋ ਸਕਦੇ ਬਿਲਕੁਲ ਵੀ ਨਹੀਂ ਹਾਂ ਪੈਟਰੋਲ ਅਤੇ ਕਾਫੀ ਪੈਟਰੋਲ ਫੋਰ ਗੱਡੀ ਅਤੇ ਕਾਫੀ ਫੋਰ ਬੰਦਾ ਸਾਡਾ ਪੈਟਰੋਲ ਅੱਛਾ ਪ੍ਰੀਵੀਅਸ ਵਲੌਗ ਦੇ ਵਿੱਚ ਬਾਈ ਨੇ ਥੋੜ੍ਹਾ ਸ਼ਰਾਬ 'ਤੇ ਗਿਆਨ ਦਿੱਤਾ ਦਾਰੂ 'ਤੇ ਪਲੀਜ਼ ਉਹਨੂੰ ਸੁਣ ਲਿਓ ਅਤੇ ਯਾਰ ਮਜ਼ਾਕ ਆ ਫਨ ਆ ਉਹਨੂੰ ਸੀਰੀਅਸ ਨਹੀਂ ਲੈਣਾ ਗੱਲ ਨੂੰ ਓਕੇ ਅਤੇ ਐਵੇਂ ਬਸ ਅਸੀਂ ਪ੍ਰਮੋਟ ਨਹੀਂ ਮਤਲਬ ਪ੍ਰਮੋਸ਼ਨ ਹੋਣੀ ਵੀ ਦਾਰੂ ਅਸੀਂ ਪੀਂਦੇ ਹਾਂ ਇਹ ਨਾ ਸੋਚਿਆ ਵੀ ਦਾਰੂ ਪੀਂਦੇ ਆ ਸਾਰੇ ਜਾਣੇ ਸਾਰਾ ਗਰੁੱਪ ਨਾ ਬੋਡੀਆਂ ਛੋਟੀਆਂ ਦੇਖ ਲਓ ਮੁੰਡੇ ਬਣਾਉਂਦੇ ਆ ਦਾਰੂ ਤਾਂ ਨਾਮੋ ਨਿਸ਼ਾਨ ਹੀ ਨਹੀਂ ਹੈਗਾ ਅਤੇ ਗੱਲਾਂ ਸੁਣ ਕੇ ਪਿੱਛੇ ਨਹੀਂ ਲੱਗਣਾ ਓਕੇ ਦਾਰੂ ਸਿਹਤ ਲਈ ਹਾਨੀਕਾਰਕ ਹੈ ਸ਼ਰਾਬ ਦਾਰੂ ਵੀ ਪਾਉਂਦੀ ਆ ਅਲਕੋਹਲ ਪਰ ਇੱਕ ਯਾਰੀ ਦਾਰੂ ਵੀ ਪਾਉਂਦੀ ਆ ਅਤੇ ਬਸ ਇੰਨਾ ਹੀ ਗਿਆਨ ਸੀਗਾ ਅਤੇ ਬਾਕੀ ਜਿਹੜੇ ਮੇਰੇ ਵੀਰ ਯਾਰਾਂ ਦੋਸਤਾਂ ਦੇ ਗਰੁੱਪ 'ਚ ਬਹਿੰਦੇ ਆ ਨਾ ਸੋਨਾ ਨਮੋਨਾ ਟੱਟੀ ਕਿਆ ਵਾਲਾ ਉਹ ਮੇਰਾ ਲੋਨੂ ਮੋਨੂ ਚੋਨੂ ਮੋਨੂ ਨਾ ਖਾਣਾ ਖਾਇਆ ਉਹ ਯਾਰ ਜਿਹੜੀ ਛਾਤੀਆਂ ਨੇ ਤੁਸੀਂ ਸੋਨਾ ਮੋਨਾ ਕਰਦੇ ਦੱਸੋ ਕਹਿ ਜੇ ਲੱਗੋਗੇ ਯਾਰ ਮੈਨੂੰ ਸਮਝ ਨੀ ਆਉਂਦੀ ਇਹ ਗੱਲ ਮੈਂ ਬੰਦੇ ਨੂੰ ਕਹੀ ਹੁਣ ਦੇਖੇ ਬੰਦਾ ਇਹਨੂੰ ਮੈਂ ਕਹੂੰਗਾ ਦੇਖੀ ਸਪੈਸ਼ਲ ਚਲੋ ਓਕੇ ਗਾਈਸ ਮਿਲਦੇ ਹਾਂ ਸਟੇਡੀਅਮ 'ਚ ਪਤਾ ਨੀ ਉੱਥੇ ਕਬੱਡੀ ਕੱਪ ਮਿਲਣਾ ਜਾਂ ਨਹੀਂ ਮਿਲਣਾ ਪਤਾ ਨੀ ਨਹੀਂ ਸਾਨੂੰ ਉੜਦੀ ਉੜਦੀ ਕਹਿੰਦੇ ਕਿਹਾ ਸੀ ਉੜਦੇ ਉੜਦੇ ਮਤਲਬ ਉੜਦਾ ਤੀਰ ਉੜਦਾ ਤੀਰ ਅਸੀਂ ਮਤਲਬ ਕਾਫੀ ਲੈ ਲਈ ਆ ਔਰ ਉਹਨੇ ਤੇ ਮੈਂ ਗੱਡੀ 'ਚ ਪੈਟਰੋਲ ਹੱਥ 'ਚ ਕਾਫੀ ਹੁਣ ਸਿੱਧਾ ਦੁਬਈ ਬਾਬਾ ਦੇਖ ਲੱਗੀਆਂ ਗੱਡੀਆਂ ਗਾਇਸ ਪਹੁੰਚ ਗਏ ਆ ਰਾਜਪੁਰਾ ਮੇਨ ਗੇਟ ਗਾਇਸ ਸਟੇਡੀਅਮ 'ਚ ਅਸੀਂ ਪਹੁੰਚ ਰਹੇ ਹਾਂ ਮੇਨ ਗੇਟ 'ਤੇ ਖੜ੍ਹੇ ਹਾਂ
ਤੇ ਰਸ਼ ਦੇਖ ਲਓ ਸੀ ਓਏ ਪੰਜਾਬੀ ਹੀ ਪੰਜਾਬੀ ਮਿਲਣਗੇ ਪੂਰਾ ਹੜ ਆਇਆ ਮੁੰਡਿਆਂ ਦਾ ਪੂਰਾ ਹੜ ਤੁਹਾਨੂੰ ਮੈਂ ਕੈਮਰਾ ਘੁਮਾ ਕੇ ਦਿਖਾ ਦਿੰਦਾ ਦੁਬਈ ਪੁਲਿਸ ਸਟੇਡੀਅਮ ਓਕੇ ਥੋੜ੍ਹਾ ਦੇਖੋ ਅਸੀਂ ਵੀ ਇਹ ਮੇਨ ਗੇਟ ਤੋਂ ਐਂਟਰ ਹੋਣ ਲੱਗੇ ਹਾਂ ਕਬੱਡੀ ਦੀ ਪੂਰੀ ਚੜ੍ਹਾਈ ਪੈ ਰਹੀ ਹੈ ਲੱਗਦਾ ਪੂਰਾ ਸ਼ੋਰ ਹੋ ਰਿਹਾ ਹਾਂ ਬਾਈ ਟਿਕਟ ਬਹੁਤ ਮਹਿੰਗੀ ਆ ਫ੍ਰੀ ਐਂਟਰ ਵਾਲਾ ਸੀ ਇੱਧਰ ਦੀ ਇੱਧਰ ਜਾਂਦੇ ਠੀਕ ਹੈ ਅੱਜ ਪੰਜਾਬੀਆਂ ਦਾ ਹੜ ਆਇਆ ਮਜ਼ਾ ਆ ਗਿਆ ਦੇਖਣ ਯਾਰ ਬੜੇ ਟਾਈਮ ਬਾਅਦ ਇੰਨੇ ਇਕੱਠੇ ਪੰਜਾਬੀ ਦੇਖੇ ਏਦਾਂ ਨਾ ਕਹਿ ਭੱਜ ਲੈਣਾ ਸਾਰਿਆਂ ਤੁਸੀਂ ਵਲੰਟੀਅਰ ਹੋ ਜੀ ਹਾਏ ਹਾਉ ਆਰ ਯੂ ਵਾਸ਼ ਗੁੱਡ ਨਾਈਟ ਅਦਨਾਨ ਅਹਿਮਦ ਅਦਨਾਨ ਅਹਿਮਦ ਥੈਂਕ ਯੂ ਯਾਰ ਦੇਖਦੇ ਹਾਂ ਕਿਵੇਂ ਦਿਨ ਜਾਂਦਾ ਛੋਟੇ ਆਪਾਂ ਵਧੀਆ ਜਾਊਗਾ ਵਧੀਆ ਜਾਊਗਾ ਆਹੀ ਆਓ ਸਮਾਨ ਪਾਕਿਟ ਦੇ ਵਿੱਚੋਂ ਕੱਢ ਲਾ ਉਹਨੇ ਦੇਖਣਾ ਵਾ ਇਹ ਚੋਰ ਹੈ ਚੋਰ ਚੋਰ ਹੈ ਮੇਨ ਗੇਟ 'ਚ ਇੰਨੀ ਕੁ ਫਾਰਮੈਲਿਟੀ ਆ ਬਸ ਕੋਈ ਟਿਕਟ ਨਹੀਂ ਕੁਛ ਨਹੀਂ ਬੰਬ ਆਉਂਦੇ ਆ ਨਵਾਂ ਸ਼ਹਿਰ ਇਹ ਅੱਜ ਪੰਜਾਬੀ ਮਿਲਣੇ ਸੋ ਲੱਗੇ ਮਜ਼ਾ ਆ ਗਿਆ ਅੱਜ ਵੀਡੀਓ ਲਾਉਣ ਦਾ ਮਜ਼ਾ ਆ ਗਿਆ ਦੇਖੋ ਸਟੇਡੀਅਮ ਫੁੱਲ ਆ ਯਾਰ ਰੀਅਲੀ ਟ੍ਰਸਟ ਟ੍ਰਸਟ ਮੀ ਜਾ ਰਹੇ ਹਾਂ ਤੁਹਾਨੂੰ ਦਿਖਾਉਣਾ ਸਟੇਡੀਅਮ ਪੂਰਾ ਫੁੱਲ ਆ ਮੈਨੂੰ ਲੱਗਦਾ ਸੀ ਕਿਸੇ ਨੇ ਆਉਣਾ ਹੀ ਨਹੀਂ ਛੇਤੀ ਜਾਵਾਂਗੇ ਬਾਈ ਜੀ ਦੋ ਸਟੇਡੀਅਮ ਨੇ ਹਨਾ ਠੀਕ ਹੈ ਸਟੇਡੀਅਮ ਇੱਕ ਉਹਦੇ ਪੋਰਸ਼ਨ ਦੋ ਨੇ ਇੱਕ ਫ੍ਰੀ ਆ ਇੱਕ ਸ਼ੈਡਡ ਆ ਉਹਦੇ ਲਈ ਪਾਸ ਚਾਹੀਦਾ ਤੇ ਸਾਨੂੰ ਪਤਾ ਨਹੀਂ ਸੀ ਪਤਾ ਉਹ ਸਾਨੂੰ ਪਤਾ ਨਹੀਂ ਸੀ ਹਨਾ ਇਹ ਹੈਗਾ ਫ੍ਰੀ ਇੱਥੇ ਧੁੱਪ ਬਹੁਤ ਇੱਥੇ ਬਹਿ ਨਹੀਂ ਸਕਦੇ ਤੁਹਾਨੂੰ ਦਿਖਾਉਣਾ ਇਹ ਵਾਲਾ ਪੋਰਸ਼ਨ ਫ੍ਰੀ ਆ ਅਤੇ ਉਹ ਵਾਲਾ ਪੋਰਸ਼ਨ ਪਾਸ ਚਾਹੀਦਾ ਪਾਸ ਨੀ ਮਿਲ ਰਹੇ ਇਹਦਾ ਹੁਣ ਕੁਛ ਪਤਾ ਨੀ ਇਹਦਾ ਸੋਲੂਸ਼ਨ ਕੀ ਨਿਕਲਣਾ ਖੜੇ ਸ਼ੈਡ ਥੱਲੇ ਧੁੱਪ ਬਹੁਤ ਆ ਉੱਥੇ ਹੋਏ ਨੀ Let's see what will happen. ਛੋਟੇ ਅਗਰ ਆਪਾਂ ਨੂੰ ਪਾਸ ਮਿਲੇ ਤਾਂ ਸਟੇ ਕਰਾਂਗੇ ਨਹੀਂ ਤਾਂ ਚੱਲ ਹਾਂ ਨਹੀਂ ਧੁੱਪ 'ਚ ਬਹਿਣ ਦਾ ਫਾਇਦਾ ਨਹੀਂ ਧੁੱਪ ਜ਼ਿਆਦਾ ਬੜੀ ਹੀ ਐਕਸਾਈਟਮੈਂਟ ਜਦੋਂ ਸਿਰ 'ਤੇ ਨਾ ਧੁੱਪ ਹੀ ਪਈ ਇੱਥੇ ਕਮਰਾ ਜਿਹਾ ਕਰਦਾ ਦੋ ਮਿੰਟ 'ਚ ਉੱਠ ਕੇ ਸੀ ਇੱਥੇ ਖੜ ਗਏ ਬਹੁਤ ਔਖੀ ਮਿਹਨਤ ਨਾਲ ਮਿਲੀ ਲੈਣ ਇਹ ਸੌਂ ਲੱਗੇ ਮੁੰਡੇ ਤੁਹਾਨੂੰ ਸਰ ਪੰਜਾਬੀਆਂ ਦਾ ਹਨੇਰ ਆ ਜਿੱਥੇ ਅੱਜ ਪੰਜਾਬੀਆਂ ਦੀ ਗੱਲ ਠੀਕ ਆ ਇਹ ਬੰਦੇ ਨੂੰ
ਚੈਨਲ ਦਾ ਨਾਮ ਦੱਸਿਆ ਕਿਹੜਾ ਭਾਈ ਆਹ ਮੁੰਡੇ ਨੂੰ ਦਿਖਾਉਂਦਾ ਜਾਣ ਦਾ ਪੂਰੀ ਗਰੁੱਪ ਹਾਂਜੀ ਹਾਂਜੀ ਬ੍ਰਦਰ ਕੱਟੇ ਆ ਤੂੰ ਮੈਂ ਆਪਾਂ ਬਾਹਰ ਗਏ ਠੀਕ ਹੈ ਓਏ ਓਏ ਆ ਮੈਂ ਜੀ ਬਹੁਤ ਕਟੜਾ ਹੋਣਾ ਭਾਬੀ ਨੇ ਕੀ ਮਹਿਦਾ ਚੁੰਮਾ ਬਦਲੀ ਵੀਰ ਮਾਰ ਗਈ ਚੁੰਮਾ ਆਵਾਜ਼ ਮਸਾ ਪਹੁੰਚੇ ਤੁਹਾਨੂੰ ਪਿੱਛੇ ਸਟੇਡੀਅਮ ਦਿਖਾਦਾ ਮੈਂ ਤੇ ਉਹ ਚੱਲਦਾ ਮੈਚ ਮੈਚ ਬੜੇ ਮਜ਼ੇਦਾਰ ਹੋ ਰਿਹਾ ਇਹ ਸਾਰਾ ਪੰਜਾਬੀ ਦਾ ਹੜ ਆਇਆ ਹੋਇਆ ਪੂਰਾ ਵਧੀਆ ਵੀਡੀਓ ਬਣਾ ਲਾ ਫੋਨ ਤੇ ਮੂਵ ਹੋਣ ਲੱਗੇ ਹਾਂ ਤੇ ਕਿਉਂਕਿ ਮੈਚ ਦੇਖ ਲਏ ਜੋ ਦੇਖਣੇ ਸੀ ਅਸੀਂ ਇੱਥੇ ਕੁਝ ਸਟਾਲ ਵਗੈਰਾ ਲੱਗੀਆਂ ਹੋਈਆਂ ਨੇ ਖਾਣ ਪੀਣ ਨੂੰ ਠੀਕ ਆ ਲੱਡੂ ਤੇ ਗੁਲਾਬ ਜਾਮੁਨ ਬਹੁਤ ਫਰੈਸ਼ ਆ ਮੇਰਾ ਦਿਲ ਆ ਗਿਆ ਵੈਸੇ ਹੈਗਾ ਡਾਇਟ ਤੇ ਆ ਮੈਂ ਇਸ ਟਾਈਮ ਵੇਟ ਘਟਾ ਰਿਹਾ 2-3 ਕਿਲੋ ਇਹਨਾਂ ਨੂੰ ਪਤਾ ਵੀ ਇਹ ਖਾਂਦੇ ਜ਼ਿਆਦਾ ਪਾਣੀ ਦੀ ਬੋਟਲ ਲੱਭਣ ਭੇਜਿਆ ਸੀ ਤੇ ਇਹਨੂੰ ਹਾਲ ਤੱਕ ਮਿਲੀ ਨਹੀਂ ਪਾਣੀ ਦੀ ਬੋਟਲ ਮੈਂ ਕਿਹਾ ਫਾਈਨਲੀ ਮਿਲ ਗਿਆ ਕਮਾਈ ਇਹਨੂੰ ਥੈਂਕ ਯੂ ਕੋਈ ਲਾ ਤਾਂ ਦੇ ਪੀਣਾ ਨੀ ਲਾਸਟ ਮੂਮੈਂਟ ਆਫ ਪੁਲਿਸ ਸਟੇਡੀਅਮ ਹੁਣ ਅਸੀਂ ਕਹਾਂਗੇ ਬਾਏ ਬਾਏ ਅੱਗੇ ਇੰਨਾ ਹੀ ਟਾਈਮ ਸਾਡੇ ਕੋਲ ਟਾਈਮ ਅਸੀਂ ਸਟੇਅ ਕੀਤੀ ਹੈ ਨਾ ਇੰਜੋਏ ਕੀਤਾ ਬਹੁਤ ਵਧੀਆ ਮੈਚ ਲੱਗੇ ਹੋਏ ਨੇ ਕਬੱਡੀ ਫਿਰ ਧੱਕ ਪਾਉਂਦੀ ਆ ਪੂਰੀ ਪੂਰੀ ਧੱਕ ਪਾ ਰਹੀ ਹੈ ਪੂਰੀ ਪੌਦਿਆ ਧੱਕ ਇੱਥੇ ਇਸ ਵਕਤ ਐਕਸਾ ਪੂਰਾ ਮਾਹੌਲ ਚੱਲਿਆ ਪਿਆ ਘੱਟੋ ਘੱਟ ਵੀ 2 ਘੰਟਿਆਂ ਤੋਂ ਬੰਦੇ ਬਾਹਰ ਖੜੇ 2 ਘੰਟਿਆਂ ਤੋਂ Singh has connected to your phone and is reminding you that 911 assist is set to off.
ਨੂੰ ਵੀਡੀਓ ਬਣਦੀ ਜਾਣੀ ਆ। 2 ਘੰਟੇ ਹੋ ਗਏ 2 ਤੇ ਰਸ਼ ਪੂਰਾ ਫੁੱਲ। ਜਦੋਂ ਅਸੀਂ ਆਏ ਸੀ ਉਹ ਤਾਂ ਕੋਈ ਇੰਨਾ ਖਾਸ ਰਸ਼ ਨਹੀਂ ਸੀਗਾ। ਯਾਰ ਇਹ ਵਲੌਗ ਦਾ ਪਤਾ ਨਹੀਂ ਹੈਗਾ ਵੀ ਕਿਹੋ ਜਿਹਾ ਬਣਿਆ ਹੋਊ ਕਿਵੇਂ ਨਹੀਂ ਬਣਿਆ। ਹਾਂ ਨਹੀਂ ਇੰਨਾ ਨਹੀਂ, ਤੇ ਕਿਉਂਕਿ ਇੰਨਾ ਮੈਂ ਪ੍ਰੋਮਿਸ ਨਹੀਂ ਕਰ ਸਕਦਾ ਕਿ ਚਲੋ ਐਨੀ ਹਾਓ ਕਮ ਸੇ ਕਮ ਕੁਛ ਤਾਂ ਹੈ। ਕੁਛ ਕਬੱਡੀ ਕੱਪ ਦੀਆਂ ਕਲਿਪਸ ਵਗੈਰਾ ਲਈਆਂ ਔਰ ਕੈਪਚਰ ਕੀਤੀਆਂ ਨੇ ਔਰ ਨਾ ਉਹ ਅਸੀਂ ਜਾ ਰਹੇ ਹਾਂ ਬੈਕ ਟੂ ਅਲਾਈਨ। ਬਾਬਾਸ ਬਾਬਾਸ ਵਲੌਗ ਦਾ ਕੰਟੈਂਟ ਹਾਲੇ ਮੈਂ ਪ੍ਰੋਮਿਸ ਨਹੀਂ ਕਰ ਸਕਦਾ ਯਾਰ, ਲੇਕਿਨ ਫਿਰ ਵੀ ਜੋ ਕੈਪਚਰ ਕੀਤਾ ਇੰਜੋਏ ਕਰ ਲਿਓ। ਓਕੇ ਬਾਬਾਸ।